पिछले समय दे विच पंजाब दीआं जेलां ते कई सवाल खड़े होए आ। ताज़ा तस्वीरां जो तुसी देख रहे हो एक केंद्रीय जेल फिरोजपुर दीआं ने, जिथे बंद गैंगस्टर रजनीश दे उत्ते हमला होया ते हमले दे विच ओह गंभीर जख्मी हो गया। दस्सिया जा रहा है कि जख्मी होया एक गैंगस्टर जेल दे हाई सिक्योरिटी जोन दे विच बंद सी। पुलिस अधिकारियों ने जानकारी देंदे दस्सिया कि पिछले दिनी गैंगस्टर रजनीश दे ग्रुप वल्लों किसी गैंगस्टर ते हमला किया गया सी, जिस करके ओह जख्मी हो गया सी ते उस तो बाद उस दे ग्रुप वल्लों ये हुण रजनीश दे उत्ते हमला किया गया ते उसनू जख्मी कर दिता गया। अज सानू इनफॉर्मेशन आई है कि अंदर जो हाई सिक्योरिटी जोन है ब्लॉक नंबर 2 उहदे च गैंगस्टर है रजनीश प्रीत कहिंदे फगवाड़े का, उहनू सट्टा मारे गए दूजे गैंगस्टर वालों ते उहदा जेरे इलाज उहनू असीं दाखिल कराया फिरोजपुर सिविल होस्पिटल च। सर की मामला की सामने आया कि किवें हुई है लड़ाई? इह जी कुछ दिन पहले दो इत्थे गैंगस्टर सीगे, एक सी अमित चांबी ते एक हरप्रीत, जिन्हां नू इहनां वल्लों सट्टा मारिया गईआं सी, जिस ते उह दाखल होए सी ते असीं FIR लॉन्च कीती सी उहनां ते। इन रिवेंज अज इहनां ने दूजी पार्टी ने इहनू सट्टा मारियां, अपने प्रीत है जिहड़ा इहनू सट्टा मारियां, जे वी हुण जेरे इलाज है। ਹੁਣ ਅਗਲੀ ਕਾਰਵਾਈ ਕੀ ਰਹੇਗੀ ਜੀ? ਜਿਵੇਂ ਹੀ ਸਾਡੇ ਕੋਲ ਜੇਰੇ ਇਲਾਜ ਹੈਗਾ, ਜਿਵੇਂ ਹੀ ਉਹ ਫਿੱਟ ਹੁੰਦਾ ਬਿਆਨ ਦੇਣ ਲਈ, ਅਸੀਂ ਬਿਆਨ ਲੈ ਕੇ ਅੱਗੇ ਕਾਰਵਾਈ ਅਮਲ 'ਚ ਲਿਆ। ਜ਼ਖਮੀ ਗੈਂਗਸਟਰ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਸੈਂਟਰਲ ਜੇਲ੍ਹ ਫਿਰੋਜ਼ਪੁਰ ਤੋਂ ਰਜਨੀਸ਼ ਨਾਂ ਦੇ ਵਿਅਕਤੀ ਨੂੰ ਜ਼ਖਮੀ ਹਾਲਤ ਦੇ ਵਿੱਚ ਇਲਾਜ ਲਈ ਲਿਆਂਦਾ ਗਿਆ। ਸਰ ਇੱਕ ਸਾਡੇ ਕੋਲ ਪੇਸ਼ੈਂਟ ਆਇਆ, ਉਹਦਾ ਨਾਮ ਰਜਨੀਸ਼ ਹੈ, ਸੈਂਟਰਲ ਜੇਲ੍ਹ ਫਿਰੋਜ਼ਪੁਰ ਤੋਂ ਰੈਫਰ ਹੋ ਕੇ ਆਇਆ, ਉੱਥੇ ਲੜਾਈ ਹੋਈ ਹੈ, ਇੱਥੇ MLC ਕੇਸ ਪਰਚਾ ਕਟਾਉਣ ਲਈ ਆਇਆ। ਸਰ ਕਿੰਨਾ ਕੀ ਜੜਾ ਹੈ? ਉਹਦੇ ਮੂੰਹ ਤੇ ਹੱਥ ਪੈਰ ਤੇ ਵਾਵਾਂ ਸੱਟਾਂ ਲੱਗੀਆਂ ਹੋਈਆਂ ਨੇ, ਸਾਰਾ ਪਰਚਾ ਕੱਢ ਦਿੱਤਾ ਗਿਆ ਉਹਨਾਂ ਤੇ ਉਹਨੂੰ ਵਾਰਡ 'ਚ ਸ਼ਿਫਟ ਕਰ ਦਾਂਗੇ। ਕਿੰਨੇ ਜਣੇ ਜ਼ਖਮੀ ਹੋਏ? ਇੱਕ ਸਾਡੇ ਕੋਲ ਇੱਕ ਹੀ ਬੰਦਾ ਹੈ, ਉੱਥੇ ਕਿੰਨੇ ਹੋਏ ਨੇ ਪਤਾ ਨਹੀਂ, ਪਰ ਸਾਡੇ ਕੋਲ ਇੱਕ ਇੱਥੇ ਇੱਕ ਹੀ ਬੰਦਾ ਹੈ। ਪੰਜਾਬ ਦੇ ਜੇਲ੍ਹ ਮੰਤਰੀ ਵੱਲੋਂ ਅਕਸਰ ਹੀ ਜੇਲ੍ਹਾਂ ਦੇ ਵਿੱਚ ਸੁਧਾਰ ਲਿਆਉਣ ਦੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਆ, ਪਰ ਆਏ ਦਿਨ ਜੇਲ੍ਹਾਂ ਤੋਂ ਮੋਬਾਈਲ ਤੇ ਨਸ਼ਾ ਆਮ ਹੀ ਮਿਲਦਾ ਰਹਿੰਦਾ ਹੈ, ਜੇ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਤੱਕ ਪੰਜਾਬ ਵਿੱਚ ਜਿੰਨੀਆਂ ਵੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਉਹਨਾਂ ਦੀ ਪਲੈਨਿੰਗ ਜੇਲ੍ਹਾਂ ਦੇ ਵਿੱਚ ਬੈਠ ਕੇ ਮੋਬਾਈਲ ਦੁਆਰਾ ਕੀਤੀ ਗਈ ਸੀ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੀਆਂ ਜੇਲ੍ਹਾਂ 'ਚੋਂ ਕ੍ਰਾਈਮ ਰੁਕੇਗਾ ਜਾਂ ਫਿਰ ਨਹੀਂ। ਫਿਰੋਜ਼ਪੁਰ ਤੋਂ ਰਜੇਸ਼ ਕਟਾਰੀਆ ਦੀ ਰਿਪੋਰਟ, ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ।